ਸੀਐਮ ਭਗਵੰਤ ਮਾਨ ਟਰੈਵਲ ਏਜੰਟਸ ਦੇ ਖਿਲਾਫ ਬੋਲਦੇ ਨਜ਼ਰ ਆ ਰਹੇ ਨੇ। ਉਹਨਾਂ ਨੇ ਕਿਹਾ ਕਿ ਮੈਂ ਜਦੋਂ MP ਸੀ ਉਦੋਂ ਤੋਂ ਹੀ ਟਰੈਵਲ ਏਜੰਟਸ ਦੇ ਖਿਲਾਫ ਬੋਲਦਾ ਰਿਹਾ ਆ, ਉਦੋਂ ਤੋਂ ਹੀ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਟਰੈਵਲ ਏਜੰਟਸ ਦੇ ਖਿਲਾਫ ਆਵਾਜ਼ ਚੁੱਕਦੇ ਰਹੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਇਹਨਾਂ ਦਰਿੰਦਿਆਂ ਦੇ ਹੱਥ ਨਹੀਂ ਲੱਗਣ ਦੇਣਾ, ਇਹਨਾਂ ਦਰਿੰਦਿਆਂ ਦੇ ਚੰਗੁਲ ਦੇ ਵਿੱਚ ਨਹੀਂ ਫਸਣ ਦੇਣਾ। ਸਾਫ਼ ਤੌਰ ਦੇ ਉੱਤੇ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਜੋ ਕੁਝ ਹੁਣ ਵੀ ਚੱਲ ਰਿਹਾ ਆ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜੋ ਕਾਨੂੰਨ ਸੰਬੰਧੀ ਤਰੀਕੇ ਹੈਗੇ ਨੇ ਉਹ ਅਖਤਿਆਰ ਕੀਤੇ ਜਾਣਗੇ ਔਰ ਇਸ ਕਾਰਵਾਈ ਖਿਲਾਫ਼ ਅਮਲ ਦੇ ਵਿੱਚ ਲਿਆਂਦਾ ਜਾਵੇਗਾ। ਤੁਹਾਨੂੰ ਦੱਸ ਦਿੰਦੇ ਸੀਐਮ ਭਗਵੰਤ ਮਾਨ ਦਾ ਇਹ ਬਿਆਨ ਸਾਫ਼ ਤੌਰ ਦੇ ਉੱਤੇ ਭਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਨਾਲ ਜੋੜਿਆ ਜਾ ਰਿਹਾ। ਇੱਕ ਪਾਸੇ ਤਾਂ ਸੀਐਮ ਭਗਵੰਤ ਮਾਨ ਸਾਫ਼ ਤੌਰ ਦੇ ਉੱਤੇ ਟਰੈਵਲ ਏਜੰਟਸ ਦੇ ਖਿਲਾਫ਼ ਬਿਆਨ ਦਿੰਦੇ ਨਜ਼ਰ ਆ ਰਹੇ ਨੇ, ਉਹ ਟਰੈਵਲ ਏਜੰਟਸ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਫਸਲਾ ਕੇ ਭਰਮਾ ਕੇ ਵਿਦੇਸ਼ ਜਾਣ ਦਾ ਲਾਲਚ ਦੇ ਕੇ ਅਤੇ ਉਹਨਾਂ ਨੂੰ ਫਸਾ ਦਿੰਦੇ ਨੇ, ਉਹਨਾਂ ਦੇ ਖਿਲਾਫ਼ ਸੀਐਮ ਭਗਵੰਤ ਮਾਨ ਡਟ ਕੇ ਬੋਲਦੇ ਨਜ਼ਰ ਆ ਰਹੇ ਨੇ। ਪਰ ਦੂਜੇ ਪਾਸੇ ਭਾਨਾ ਸਿੱਧੂ ਜਿਹੜਾ ਕਿ ਟਰੈਵਲ ਏਜੰਟਸ ਦੇ ਖਿਲਾਫ਼ ਡਟ ਕੇ ਬੋਲਦਾ ਸੀ, ਧਰਨਾ ਪ੍ਰਦਰਸ਼ਨ ਕਰਦਾ ਸੀ, ਉਸ ਦੀਆਂ ਗ੍ਰਿਫਤਾਰੀਆਂ ਦੇ ਨਾਲ ਇਸ ਬਿਆਨ ਨੂੰ ਜੋੜਿਆ ਜਾ ਰਿਹਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਨਾ ਸਿੱਧੂ ਦੇ ਖਿਲਾਫ਼ 4 ਮਾਮਲੇ ਦਰਜ ਹੋਏ ਨੇ, ਇੱਕ ਲੁਧਿਆਣਾ, ਫਿਰ ਪਟਿਆਲਾ, ਅਬੋਹਰ ਅਤੇ ਮੋਹਾਲੀ। ਇਹਨਾਂ 4 ਮਾਮਲਿਆਂ ਦੇ ਵਿੱਚੋਂ 2 ਵਿਸ਼ੇਸ਼ ਮਾਮਲੇ ਟਰੈਵਲ ਏਜੰਟਸ ਦੇ ਨਾਲ ਜੁੜੇ ਹੋਏ ਨੇ। ਇੱਕ ਲੁਧਿਆਣੇ ਵਾਲਾ ਮਾਮਲਾ ਜਿਸ ਦੇ ਵਿੱਚ ਮਹਿਲਾ ਟਰੈਵਲ ਏਜੰਟ ਨੇ ਧਮਕਾਉਣ ਦੇ ਇਲਜ਼ਾਮ ਲਾਏ ਸੀ, 10,000 ਰੁਪਏ ਮੰਗਣ ਦੇ ਇਲਜ਼ਾਮ ਭਾਨਾ ਸਿੱਧੂ ਦੇ ਉੱਤੇ ਲਗਾਏ ਸੀ, ਅਤੇ ਉਸ ਤੋਂ ਬਾਅਦ ਇੱਕ ਮੋਹਾਲੀ ਦਾ ਮਾਮਲਾ ਜਿਸ ਦੇ ਵਿੱਚ ਭਾਨਾ ਸਿੱਧੂ ਅਤੇ ਉਸਦਾ ਭਰਾ ਅਮਨਾ ਸਿੱਧੂ ਜਿਹੜਾ ਆ ਉਹ ਟਰੈਵਲ ਏਜੰਟਸ ਨੂੰ ਧਮਕਾਉਣ ਦੇ ਇਲਜ਼ਾਮਾਂ ਦੇ ਤਹਿਤ ਨਾਮਜ਼ਦ ਨੇ। ਇਸ ਮਾਮਲੇ ਨੂੰ ਲੈ ਕੇ ਜਿੱਥੇ ਟਰੈਵਲ ਏਜੰਟਸ ਦਾ ਮਾਮਲਾ ਭਾਨਾ ਸਿੱਧੂ ਦੇ ਖਿਲਾਫ਼ ਭਖਦਾ ਪਿਆ, ਉੱਥੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਟਰੈਵਲ ਏਜੰਟਸ ਦੇ ਖਿਲਾਫ਼ ਬੋਲਦੇ ਨਜ਼ਰ ਆ ਰਹੇ ਨੇ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਉਹਨਾਂ ਦੀ ਕੋਈ ਵੀ ਹਿੱਸੇਦਾਰੀ ਟਰੈਵਲ ਏਜੰਟਸ ਦੇ ਨਾਲ ਨਹੀਂ ਹੈਗੀ, ਸਗੋਂ ਉਹਨਾਂ ਦੀ ਹਿੱਸੇਦਾਰੀ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਹੈਗੀ ਹੈ। ਸੀਐਮ ਭਗਵੰਤ ਮਾਨ ਇਸ ਬਿਆਨ ਨੂੰ ਲੈ ਕੇ ਕੀ ਬੋਲੇ ਨੇ, ਆਓ ਸੁਣ ਲੈਂਦੇ ਹਾਂ। ਹਾਂ, ਟਰੈਵਲ ਏਜੰਟਾਂ ਬਾਰੇ ਮੈਂ ਜ਼ਰੂਰ ਕਹੂੰਗਾ, ਥੋੜ੍ਹਾ ਜਿਹਾ ਚੱਲ ਰਿਹਾ ਅੱਜ ਕੱਲ੍ਹ ਗੱਲ ਕੋਈ ਟਰੈਵਲ ਏਜੰਟਾਂ ਦੀ। ਸਭ ਤੋਂ ਵੱਧ ਟਰੈਵਲ ਏਜੰਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ ਬਤੌਰ MP ਪਾਰਲੀਮੈਂਟ ਚ, ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ ਚੋਂ, ਕਿਸੇ ਨੂੰ ਮਲੇਸ਼ੀਆ ਚੋਂ, ਕਿਸੇ ਨੂੰ ਸਿੰਗਾਪੁਰ ਚੋਂ, ਅਰਮੀਨੀਆ ਚੋਂ, ਲੀਬੀਆ ਚੋਂ ਮੈਂ ਕੱਢ ਕੇ ਲਿਆਇਆ। ਔਰ ਸੁਸ਼ਮਾ ਸਵਰਾਜ ਜੀ ਨੂੰ ਕਹਿ ਦਿੰਦਾ ਸੀ ਇਹ ਟਰੈਵਲ ਏਜੰਟ ਜੜਨੇ, ਇਹਦੀ ਇੱਥੋਂ ਹੀ ਬੰਦ ਕਰੋ। ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਬਹਿ ਜਾਣ, ਪਰ ਇੱਕ ਕਾਨੂੰਨੀ ਕੰਮ ਹੈ ਨਾ, ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ। ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ 'ਚ ਖੜਾ ਕੇ ਗੋਲੀ ਮਾਰ ਦਿਓ, ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੱਢ ਦਿਓ, ਜੇ ਕੋਈ ਕ੍ਰਾਈਮ ਕਰਕੇ ਭੱਜ ਕੇ ਲੱਤਾਂ ਵੱਢ ਦਿਓ, ਇਹ ਤਾਂ ਹੈ ਨਹੀਂ ਨਾ, ਆਪਣੇ ਕਾਨੂੰਨ ਮੁਤਾਬਕ ਹੈ ਨਾ। ਸੋ ਅਸੀਂ ਕੈਬਨਿਟ ਦੇ ਵਿੱਚ ਇਹ ਲਿਆ ਚੁੱਕੇ ਹਾਂ, ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ, ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇਨਵੈਸਟਰਸ ਨਾਲ ਵੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦਿਓ ਕਿ ਕਿਹੜਾ ਰਿਕੋਗਨਾਈਜ਼ਡ ਹੈ ਤੁਹਾਡੇ ਦੁਆਰਾ, ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚੋਂ ਰਿਕੋਗਨਾਈਜ਼ ਕੀਤਾ ਹੋਇਆ, ਕਿਹੜਾ ਕਿਹੜਾ ਇਲੀਗਲ ਹੈ ਸਾਨੂੰ ਦੱਸ ਦਿਓ ਤੁਸੀਂ, ਤੇ ਅਸੀਂ ਜਿਹੜੇ ਇਲੀਗਲ ਨੇ ਅਸੀਂ ਉਹਨਾਂ ਨੂੰ ਬੰਦ ਕਰਦੇ ਹਾਂ, ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤਾਂ ਉਹਨਾਂ ਦਾ ਬੰਦ ਕਰਾਂਗੇ, ਪਲੱਸ ਜੇ ਉਹਨਾਂ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰੋਪਰਟੀ ਅਟੈਚ ਕਰਾਂਗੇ, ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ। ਮੈਂ ਕਿਉਂ ਚਾਹੂੰਗਾ ਸਾਡੇ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਉਹਨਾਂ ਨਾਲ, ਕੋਈ ਜਾਂ ਇੱਥੇ ਜਿਹੜਾ ਜਾਣ ਜਾਂ ਉੱਥੇ ਜਿਹੜਾ ਜਾਣ, ਉਧਲੇ ਮੁਲਕਾਂ 'ਚ ਵੀ ਜਿਹੜਾ ਫਿਰਦੇ ਨੇ ਕਿ ਤੁਸੀਂ ਫੇਕ ਡਾਕੂਮੈਂਟ 'ਤੇ ਆ ਗਏ ਜੀ, ਟਰੈਵਲ ਏਜੰਟ ਕਰਦੇ ਨੇ ਕੰਮ ਇਹ। ਸਭ ਤੋਂ ਪਹਿਲਾਂ ਮੈਂ ਆਵਾਜ਼ ਉਠਾਈ ਸੀ ਪਾਰਲੀਮੈਂਟ 'ਚ, ਅੱਜ ਵੀ ਪਾ ਕੇ ਦੇਖ ਲਿਓ ਯੂਟਿਊਬ 'ਤੇ। ਸੋ ਕਦੇ ਵੀ ਮੈਂ ਇਹ ਨਹੀਂ ਚਾਹੂੰਗਾ ਕਿ ਮੇਰੇ ਵਤਨ ਦੇ, ਮੇਰੇ ਦੇਸ਼ ਦੇ ਨੌਜਵਾਨ, ਪੰਜਾਬ ਦੇ ਨੌਜਵਾਨ ਕਿਤੇ ਧੱਕੇ ਖਾਣ ਗਲਤ ਹੱਥਾਂ 'ਚ ਚੜ ਕੇ। ਔਰ ਮੇਰਾ ਕੋਈ ਕਿਸੇ ਨਾਲ ਇਹ ਨਹੀਂ ਹੈਗਾ ਕਿ ਮੈਂ ਕੋਈ ਟਰੈਵਲ ਏਜੰਟਾਂ ਦਾ ਜਾਂ ਮੇਰੇ ਨਾਲ ਕੋਈ ਹਿੱਸਾ, ਮੇਰਾ ਕੋਈ ਮੈਂ ਕੋਈ ਖੱਡ 'ਚ ਹਿੱਸਾ, ਟਰਾਂਸਪੋਰਟ 'ਚ ਮੇਰਾ ਹਿੱਸਾ ਹੈ, 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈਗਾ,
ਹੋਰ ਮੇਰਾ ਕਿਸੇ ਚੀਜ਼ ਹਿੱਸਾ ਨਹੀਂ ਇਸ ਗੱਲ ਤੇ, ਤੁਸੀਂ ਸੌਂਹ ਖਾ ਸਕਦੇ ਹੋ, ਇਸ ਗੱਲ ਤੇ ਤੁਸੀਂ ਸੌਂਹ ਖਾ ਸਕਦੇ ਹੋ ਮੇਰੀ, ਤੁਹਾਨੂੰ ਮੈਂ ਝੂਠਾ ਨਹੀਂ ਪੈਣ ਦੇਊਂਗਾ। ਪਹਿਲੀ ਗੱਲ ਤਾਂ ਟਰੈਵਲ ਏਜੰਟ ਪੈਦਾ ਕਿਵੇਂ ਕਿਉਂ ਹੋ ਗਏ? ਮੱਧ ਪ੍ਰਦੇਸ਼ ਜਾਂਦੇ ਹਾਂ ਅਸੀਂ, ਛੱਤੀਸਗੜ੍ਹ ਜਾਂਦੇ ਹਾਂ, ਮੈਂ ਗੁਜਰਾਤ ਜਾਂਦੇ, ਹੈ ਹੀ ਨਹੀਂ ਕੋਈ ਟਰੈਵਲ ਏਜੰਟ ਦਾ, ਕੋਈ ਬੋਰਡ ਨਹੀਂ ਲੱਗਿਆ ਹੋਇਆ। ਆਪਣੇ ਇੱਥੇ ਜਲੰਧਰ ਵਾਲਾ ਬੱਸ ਸਟੈਂਡ ਹੈ, ਉਹਦੇ ਜਿੱਥੇ ਬੱਸਾਂ ਬੈਕ ਲੱਗਦੀਆਂ ਨੇ, ਉੱਥੇ ਲਿਖਿਆ ਸਿੰਗਾਪੁਰ, ਦੂਜੇ ਥਾਂ ਤੇ ਲਿਖਿਆ ਆਸਟ੍ਰੇਲੀਆ। ਇਹ ਲੱਗਦਾ ਇੱਥੋਂ ਜਲੰਧਰ ਤੋਂ ਸਿੱਧੀਆਂ ਜਾਂਦੀਆਂ ਨੇ ਉੱਧਰ ਨੂੰ, ਆਸਟ੍ਰੇਲੀਆ ਜਾਣ ਲਈ ਮਿਲੋ, ਸਿੰਗਾਪੁਰ ਜਾਣ ਲਈ ਮਿਲੋ, ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ, ਕੈਨੇਡਾ ਜਾਣ ਲਈ ਮਿਲੋ। ਮੈਂ ਸੋਚਿਆ ਯਾਰ, ਮੈਂ ਕਿਹਾ ਪੰਜਾਬ ਰਹਿਣ ਲਈ ਵੀ ਮਿਲੋ, ਇਹਦਾ ਬੋਰਡ ਕੌਣ ਲਾਈਏ? ਉਹ ਬੋਰਡ ਮੈਂ ਲਾਊਂਗਾ, ਪੰਜਾਬ 'ਚ ਰਹਿਣ ਲਈ ਮੈਨੂੰ ਮਿਲੋ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।